ਕਿੰਨਾ ਕੁ ਤੁਸੀਂ ਖਿਆਲ ਰੱਖਦੇ ਹੋ ਗੀਤ ਲਿਖਵਾਉਣ ਵੇਲੇ, ਕੰਪੋਜੀਸ਼ਨ ਵੇਲੇ? ਅਤੇ ਕੋਈ ਖਾਸ ਇਹੋ ਜਿਹਾ ਰਾਈਟਰ ਹੈ ਜਿਹਨੂੰ ਤੁਸੀਂ ਅੱਜ ਵੀ ਉਨੇ ਹੀ ਪਸੰਦ ਕਰਦੇ ਹੋ ਜਿੰਨਾ ਪਹਿਲਾਂ ਕਰਦੇ ਹੁੰਦੇ ਸੀ? ਨਹੀਂ, ਬਿਲਕੁਲ ਸਾਰੇ ਜਿਹੜੇ ਰਾਈਟਰ ਜਿਹੜੇ ਮੇਰੇ ਉਦੋਂ ਦੇ ਸੀਗੇ ਉਹੀ ਨੇ ਹੁਣ ਵੀ, ਜ਼ਿਆਦਾ ਫਰਕ ਨਹੀਂ ਹੈਗਾ। ਦੋ ਚਾਰ ਇੱਕ ਤਿੰਨ ਕੁ ਜੁੜੇ ਹੋਣਗੇ ਨਾਲ ਹੋਏ, ਅਦਰਵਾਈਜ਼ ਜਸਵੀਰ ਗੁਣਾਚੌਰੀ ਆ ਮੇਰੇ, ਉਹਨਾਂ ਨੇ ਅਨੇਕਾਂ ਗੀਤ ਗਾਏ। ਸੋ ਉਹਨਾਂ ਦੇ ਵਿਛੜਨ ਦਾ ਮੈਨੂੰ ਬੇਹੱਦ ਦੁੱਖ ਹੈ, ਅਫਸੋਸ ਹੈ। ਤੈਨੂੰ ਵੱਡਿਆਂ ਸ਼ਿਕਾਰੀਆਂ ਨੇ ਮੋਹ ਲਿਆ, ਵੱਡਿਆਂ ਸ਼ਿਕਾਰੀਆਂ ਨੇ ਮੋਹ ਲਿਆ, ਨੀ ਵੱਡਿਆਂ ਸ਼ਿਕਾਰੀਆਂ ਨੇ ਮੋਹ ਲਿਆ, ਐਵੇਂ ਮੋਤੀਆਂ ਦੀ ਚੋਗ ਚੁਗਾ ਕੇ ਸਾਡਿਆਂ ਪਰਾਂ ਤੁਸੀਂ ਕੀ ਉੱਡਣਾ, ਬੈਗੀ ਦੂਰ ਕਿਤੇ ਆਲਣਾ ਬਣਾ ਕੇ। ਜਿਸ ਸ਼ਖਸ ਦੇ ਕੰਨਾਂ ਵਿੱਚ ਉਹਨਾਂ ਦੇ ਬੋਲ ਪੈ ਗਏ, ਇੱਕ ਵਾਰੀ ਪੈ ਗਿਆ, ਉਹ ਤਾਂ ਉਮਰ ਉਹਨੂੰ ਭੁੱਲ ਨਹੀਂ ਸਕਦਾ। ਔਰ ਜਿਹੜਾ ਬੰਦਾ ਇੱਕ ਮਿੰਟ ਲਈ ਉਹਨਾਂ ਨੂੰ ਮਿਲ ਲਿਆ, ਮੁੜ ਕੇ ਨਾ ਮਿਲੇ, ਉਹ ਸਾਰੀ ਜ਼ਿੰਦਗੀ ਭੁੱਲ ਨਹੀਂ ਸਕਦਾ। ਐਸੀ ਬਾਤ ਸੀ ਉਹਨਾਂ ਦੀ, ਸੁਰ ਦੀ ਵੀ ਔਰ ਤਬੀਅਤ ਦੀ ਵੀ। ਇਹ ਕਰੋੜਾਂ 'ਚੋਂ ਇੱਕ ਦੇ ਹਿੱਸੇ ਆਉਂਦੀ ਆ, ਉਹ ਸਦੀਆਂ ਬਾਅਦ ਇੱਦਾਂ ਦੇ ਫਨਕਾਰ ਹੋ ਗਏ। ਦਵਿੰਦਰ ਕੰਨੇਵਾਲੇ, ਪ੍ਰੀਤਵਿੰਦਰ ਤਿਵਾੜੀ, ਸੰਜੀਵ ਆਨੰਦ ਜੀ ਅਤੇ ਗੁਰਮਿੰਦਰ ਮਧੋਕੇ, ਮਤਲਬ ਇੱਦਾਂ ਹੈਗੇ ਆ ਕਾਫੀ ਨਵਿਆਂ ਨੂੰ ਥੋੜ੍ਹਾ ਜਿਹਾ ਚਾਂਸ ਘੱਟ ਗਿਆ। ਬਿਲਕੁਲ ਨਹੀਂ, ਬਿਲਕੁਲ ਦਿੰਦਾ। ਨਵੇਂ ਜਿਹੜੇ ਆ ਨਾ, ਜਿਹੜੇ ਮੇਰੇ ਮੁਤਾਬਕ ਜਿਵੇਂ ਗਾਣੇ ਹੁੰਦੇ, ਜੇ ਉੱਦਾਂ ਦੇ ਲੈ ਕੇ ਆਉਂਦੇ। ਮੈਂ ਗੁਰਮਿੰਦਰ ਮਧੋਕੇ ਨਵੇਂ ਸੀਗੇ, ਉਹਨਾਂ ਨੂੰ ਟਾਈਮ ਦਿੱਤਾ। ਕੋਈ ਜ਼ਰੂਰੀ ਨਹੀਂ ਕਿ ਪੁਰਾਣੇ ਹੀ ਵਧੀਆ ਲਿਖਦੇ ਨੇ, ਪੁਰਾਣੇ ਹੀ ਵਧੀਆ ਗਾਉਂਦੇ ਨੇ। ਅੱਜ ਵੀ ਮੁੰਡੇ ਵਧੀਆ, ਨਵੇਂ ਮੁੰਡਿਆਂ 'ਚੋਂ ਵੀ ਬਹੁਤ ਚੰਗਾ ਗਾਉਂਦੇ ਆ, ਨਵੇਂ ਮੁੰਡਿਆਂ ਦੇ ਵਿੱਚੋਂ ਵੀ ਬਹੁਤ ਅੱਛਾ ਲਿਖਦੇ ਆ। ਸੋ ਉਹਨਾਂ ਨੂੰ ਦੇਖਣਾ ਪੈਂਦਾ ਕਿ ਇਹ ਕੀ ਲਿਖ ਰਿਹਾ, ਕਿਹੜੇ ਨੂੰ ਐਪਰੀਸ਼ੀਏਟ ਕਰਨਾ, ਕਿਹਨੂੰ ਇਹ ਕਹਿਣਾ ਕਿ ਬੇਟਾ ਮੈਂ ਸੋਰੀ, ਮੈਂ ਇਹ ਗਾਣੇ ਦੀ ਅਕੋਰਡਿੰਗ ਨਹੀਂ ਆ ਰਿਹਾ, ਗਾਣਾ ਤੁਹਾਡਾ ਬਹੁਤ ਵੱਡਾ, ਮੈਂ ਛੋਟਾ। ਉਹਦੇ ਮੁਤਾਬਕ ਮੈਂ ਕਦੇ ਨਹੀਂ ਕਿਹਾ ਵੀ ਤੇਰਾ ਗਾਣਾ ਨਹੀਂ ਵਧੀਆ। ਸੱਚਮੁੱਚ ਸਰਦੂਲ ਸਿਕੰਦਰ ਭਾਅ ਜੀ ਗੁਣਾਂ ਦੀ ਗੁਥਰੀ ਸਨ, ਬਹੁਤ ਨੇਕ ਇਨਸਾਨ, ਬਹੁਤ ਨੇਕ ਰੂਹ, ਰਸੀਲਾ ਗਾਇਕ, ਸਰੀਲਾ ਗਾਇਕ, ਸ਼ਾਇਦ ਅਜਿਹੇ ਗਾਇਕ ਦੁਨੀਆ 'ਤੇ ਕਦੇ ਕਦੇ ਪੈਦਾ ਹੁੰਦੇ ਨੇ। ਮੇਰੇ ਨਾਲ ਉਹਨਾਂ ਦੀ ਪਰਿਵਾਰਕ ਸਾਂਝ ਪਿਛਲੇ 3 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਚੱਲਦੀ ਆ ਰਹੀ। ਵਾਹਿਗੁਰੂ ਕਰੇ ਉਹਨਾਂ ਨੂੰ ਜੰਨਤ ਨਸੀਬ ਹੋਵੇ, ਕਿਉਂਕਿ ਅਜਿਹੇ ਗਾਇਕ ਦੁਨੀਆ 'ਤੇ ਵਾਰ ਵਾਰ ਪੈਦਾ ਨਹੀਂ ਹੁੰਦੇ। ਉਹ ਸਰ ਤੁਹਾਡੇ ਸਾਡਿਆਂ ਪਰਾਂ ਤੋਂ ਸਿੱਖਣਾ ਦੀ ਵੀਡੀਓ ਕਿਉਂ ਨਹੀਂ ਆਈ? ਤੁਸੀਂ ਉਹਨੂੰ ਰੀ ਰਿਕਾਰਡ ਕਰ ਰਹੇ ਹੋ, ਤੁਸੀਂ ਉਹ ਫਲਾਣੇ ਨੂੰ ਰੀ ਰਿਕਾਰਡ ਕਰੋ, ਫਲਾਣੇ ਨੂੰ ਰੀ ਰਿਕਾਰਡ ਕਰੋ, ਤਾਂ ਕਿ ਅਸੀਂ ਉਹਨੂੰ ਯੂਟਿਊਬ 'ਤੇ ਦੇਖ ਸਕੀਏ। ਕਰ ਰਹੇ ਹੋ ਜੀ ਫਿਰ? ਜੀ ਬਿਲਕੁਲ, ਮੈਂ ਉਹਨਾਂ ਬੱਚਿਆਂ ਦੀ ਡਿਮਾਂਡ ਨੂੰ ਨਾ ਮੱਦੇ ਨਜ਼ਰ ਰੱਖ ਕੇ ਹੁਣੇ ਹੀ ਮੈਂ ਜਿਹੜੇ ਮੇਰੇ ਪੁਰਾਣੇ ਹਿੱਟਸ ਨੇ ਉਹਨਾਂ ਵਿੱਚੋਂ 5-7 ਗਾਣੇ ਮੈਂ ਰਿਕਾਰਡ ਕੀਤੇ, ਔਰ ਜਿਹੜੇ ਬਹੁਤ ਵੱਡੇ ਲੈਵਲ 'ਤੇ ਮੇਰੀ ਸੋਚ ਹੈ, ਅੱਗੇ ਪਰਮਾਤਮਾ ਦੇ ਹੱਥ ਹੈ, ਸੱਚੇ ਪਾਤਸ਼ਾਹ ਦੇ, ਉਹ ਕੀ ਕਰਦੇ ਆ, ਕਿਵੇਂ ਕਰਦੇ ਆ, ਕਿਉਂਕਿ ਜੋ ਤੇ ਸੁਭਾਅ ਹੈ ਨਾਨਕਾ ਸਾਈ ਗੱਲ ਚੰਗੀ, ਹੱਥ ਤਾਂ ਉਹਦੇ ਹੀ ਹੈ ਸਾਰਾ ਕੁਛ। ਪਰ ਮੇਰੀ ਕੋਸ਼ਿਸ਼ ਹੈ ਵੀ ਜਿਹੜੇ ਗਾਣੇ ਲੋਕਾਂ ਨੂੰ ਬਹੁਤ ਦਿਲ ਦੇ ਕਰੀਬ ਸੀਗੇ ਉਹਨਾਂ ਨੂੰ ਰੀ ਰਿਕਾਰਡ ਕਰਕੇ ਨਵੇਂ ਮਿਊਜ਼ਿਕ ਦੇ ਵਿੱਚ ਕਰਕੇ, ਤਾਂ ਕਿ ਬੱਚੇ ਅੱਜ ਦੇ ਕਾਰਾਂ ਵਿੱਚ ਉਹ ਮਿਊਜ਼ਿਕ ਨੂੰ ਸੁਣ ਸਕਣ। ਬਲਕਿ ਭਾਅ ਜੀ ਖਾਸ ਤੌਰ 'ਤੇ ਮੈਂ ਤੇਰਾ ਲਿਖ ਦੂੰ ਸਫੈਦਿਆਂ ਦੇ ਨਾਂ, ਉਹਨੂੰ ਤਾਂ ਰੀ ਰਿਕਾਰਡ ਕਰਨ ਦੀ ਵੀ ਜ਼ਰੂਰਤ ਨਹੀਂ ਹੈ, ਤੁਸੀਂ ਅੱਜ ਵੀ ਵੀਡੀਓ ਬਣਾ ਦਿਓ ਜੀ। ਪਰ ਉਹ ਵੀ ਰੀ ਰਿਕਾਰਡ ਕੀਤਾ। ਅੱਛਾ, ਠੀਕ ਹੈ। ਹਾਂ, ਉਹ ਬੇਟੇ ਬੜੇ ਨੇ, ਸਾਰੰਗ ਨੇ ਉਹਦਾ ਮਿਊਜ਼ਿਕ ਕੀਤਾ ਅਤੇ ਉਹ ਵੀ ਕੀਤਾ, ਅਤੇ ਹੁਣ ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ, ਇਹ ਇੱਕ ਬਹੁਤ ਵੱਡਾ ਸਰਪ੍ਰਾਈਜ਼ ਹੈ ਵੀ ਅਸੀਂ ਕੌਣ ਕੌਣ ਕਰ ਰਹੇ ਹਾਂ ਗਾਣੇ ਨੂੰ। ਓਕੇ, ਅਤੇ ਸਰਪ੍ਰਾਈਜ਼ ਰੱਖਿਆ ਹੋਇਆ, ਇਹ ਯੰਗਸਟਰ ਜਿਹੜੇ ਸਾਡੇ ਆ ਉਹ ਬਹੁਤ ਲਾਈਕ ਕਰਨਗੇ ਇਸ ਗੱਲ ਨੂੰ। ਅਤੇ ਇੱਦਾਂ ਦੇ 5-7 ਗਾਣੇ ਹੋਰ ਨੇ ਅਤੇ ਜਿਹੜੇ ਰਿਕਾਰਡ ਅਸੀਂ ਕਰ ਰਹੇ ਹਾਂ। ਮੇਰਾ ਨਾਮ ਦੇਵੀ ਹੈ, ਮਤਲਬ ਦੇਵੀ ਸਾਰੇ ਕਹਿੰਦੇ ਨੇ, ਮੇਰੇ ਘਰ ਦਾ ਨਾਮ ਦੇਵ ਹੈ, ਮੇਰੇ ਮਾਂ ਬਾਪ ਮੇਰੀਆਂ ਭੈਣਾਂ ਭਰਾ ਮੈਨੂੰ ਦੇਵ ਕਹਿੰਦੇ, ਸਰਦੂਲ ਭਾਅ ਜੀ ਮੈਨੂੰ ਦੇਵ ਕਹਿੰਦੇ ਹੁੰਦੇ ਬਹੁਤ ਵਾਰ। ਮੈਂ ਰਾਣੀ ਨੂੰ, ਮੈਂ ਕਿਹਾ ਯਾਰ ਕਈ ਵਾਰ ਇੱਦਾਂ ਵੀ ਭਾਅ ਜੀ ਅਚਾਨਕ ਉਹ ਇੱਦਾਂ ਹੱਥ ਫੜ ਲੈਂਦੇ, ਅਤੇ ਵੱਡੇ ਭਾਅ ਜੀ ਦਾ USA ਤੋਂ ਫੋਨ ਆਇਆ ਤਾਂ ਉਹਨਾਂ ਨੂੰ ਇਹ ਗੱਲ ਕਹੀ, ਮੈਂ ਯਾਰ ਮੈਨੂੰ ਇੱਦਾਂ ਬਹੁਤ ਵਾਰ ਦੇਵ ਕਹਿੰਦੇ ਹੁੰਦੇ, ਪਤਾ ਨਹੀਂ ਮੈਨੂੰ ਲੱਗਣਾ ਵੀ ਉਹ ਫੀਲ ਕਿਉਂ, ਮੈਨੂੰ ਦੇਵ ਹੋਰ ਕਿਸੇ ਨੇ ਕਿਹਾ ਨਹੀਂ। ਜਾਂ ਮਾਂ ਕਹਿੰਦੀ ਸੀ ਮੇਰੀ, ਭੈਣਾਂ ਮੇਰੀ, ਬ੍ਰਦਰ ਵੱਡੇ, ਜਸਰ ਸਰਦੂਲ ਭਾਅ ਜੀ। ਸਾਡਿਆਂ ਪਰਾਂ ਤੂੰ ਸਿੱਖੀ ਉੱਡਣਾ, ਬੈਗੀ ਦੂਰ ਕਿਤੇ ਆਲਣਾ ਬਣਾ ਕੇ, ਸਾਡਿਆਂ ਪਰਾਂ ਤੂੰ ਸਿੱਖੀ ਉੱਡਣਾ, ਬੈਗੀ ਦੂਰ ਕਿਤੇ ਆਲਣਾ ਬਣਾ ਕੇ, ਤੈਨੂੰ ਵੱਡਿਆਂ ਸ਼ਿਕਾਰੀਆਂ ਨੇ ਮੋਹ ਲਿਆ, ਵੱਡਿਆਂ ਸ਼ਿਕਾਰੀਆਂ ਨੇ ਮੋਹ ਲਿਆ,
नी वड्डियां शिकारियां ने मोलिया एवें मोतियां जी चोग चुगा के साडियां परां तुसीं की उड़ना बैगी दूर किते आलना बना के।